ਹਾਂਜੀ ਵੈਲਕਮ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਤੇ ਸੋ ਅੱਜ ਆਪਾਂ ਲੈ ਕੇ ਆਏ ਹਾਂ ਜਿਹੜੇ ਲੇਟੈਸਟ ਅਪਡੇਟ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਇੱਕ ਨਾਮੀ ਲਿਸਟ ਜਾਰੀ ਕੀਤੀ ਗਈ ਆ ਉਹਦੇ ਬਾਰੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਵਾਂਗੇ ਉਸ ਤੋਂ ਪਹਿਲਾਂ ਰਿਕੁਐਸਟ ਹੈ ਜਿਹੜੇ ਬੱਚੇ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲਿਆ ਕਰੋ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ ਅਤੇ ਕੋਈ ਵੀ ਤਾਜ਼ਾ ਅਪਡੇਟ ਤੁਸੀਂ ਮਿਸ ਨਾ ਕਰੋ ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਲੈ ਕੇ ਚੱਲਦੇ ਆਂ ਸਿੱਧਾ ਤੁਹਾਨੂੰ ਬਾਬਾ ਫਰੀਦ ਯੂਨੀਵਰਸਿਟੀ ਆ ਜਾਣਕਾਰੀ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਪਹੁੰਚ ਗਏ ਆ ਤੇ ਜਿੱਦਾਂ ਹੀ ਆਪਾਂ ਸਕਰੋਲ ਨੂੰ ਥੋੜੀ ਜਿਹੀ ਡਾਊਨ ਕਰਾਂਗੇ ਤਾਂ ਆਪਾਂ ਨੂੰ ਨਵਾਂ ਨੋਟੀਫਿਕੇਸ਼ਨ ਇੱਕ ਦੇਖਣ ਨੂੰ ਮਿਲੂਗਾ ਹਾਂਜੀ ਲਿਸਟ ਆਫ ਕੈਂਡੀਡੇਟ कॉल्ड फॉर ਟਾਈਪਿੰਗ ਟੈਸਟ ਔਨ 5 3 2024 ਫਾਰ ਦਾ ਰਿਕਰੂਟਮੈਂਟ ਆਫ ਕਲਰਕ ਸੋ ਜਿਹੜੀ ਕਲਰਕ ਦੀ ਵੈਕੈਂਸੀ ਨਿਕਲੀ ਸੀਗੀ ਇਸ ਦਾ ਜਿਹੜਾ 5 ਤਰੀਕ ਨੂੰ ਇਗਜ਼ਾਮ ਲਿਆ ਜਾ ਰਿਹਾ ਬਾ 5 ਮਾਰਚ ਨੂੰ ਠੀਕ ਹੈ ਇਸ ਦਾ ਲਿਸਟ ਆਫ ਕੈਂਡੀਡੇਟ ਜਿਹੜੀ ਲਿਸਟ ਆ ਉਹ ਜਾਰੀ ਕਰ ਦਿੱਤੀ ਗਈ ਆ ਲਿਸਟ ਕਮੇ ਡਾਊਨਲੋਡ ਕਰਨੀ ਆ ਤੁਸੀਂ ਇਸ ਲਿੰਕ ਦੇ ਉੱਤੇ ਕਲਿੱਕ ਕਰਨਾ ਹੋਊਗਾ ਅੱਗੇ ਨੈਕਸਟ ਪੇਜ ਆ ਜਿਹੜਾ ਉਹ ਓਪਨ ਹੋ ਜਾਊਗਾ ਨੀਚੇ ਵਾਲੇ ਜਿਹੜਾ ਲਿੰਕ ਦਿੱਤਾ ਹੋਇਆ ਇਹਦੇ ਤੇ ਕਲਿੱਕ ਕਰਨਾ ਹੋਊਗਾ ਮੈਂ ਆਲਰੇਡੀ ਲਿਸਟ ਆ ਜਿਹੜੀ ਉਹ ਡਾਊਨਲੋਡ ਕਰੀ ਹੋਈ ਆ ਮੈਂ ਤੁਹਾਨੂੰ ਦਿਖਾ ਦਿੰਨਾ ਵਾਂ ਜਿੱਦਾਂ ਹੀ ਆਪਾਂ ਨੀਚੇ ਵਾਲੇ ਲਿੰਕ ਤੇ ਕਲਿੱਕ ਕਰਾਂਗੇ ਤਾਂ ਜਿਹੜੀ ਲਿਸਟ ਇਹ ਉਹ ਆਪਣੇ ਫੋਨ ਦੇ ਵਿੱਚ ਡਾਊਨਲੋਡ ਹੋ ਜੂਗੀ ਤੁਸੀਂ ਪੀਡੀਐਫ ਬਿਊਰ ਦੇ ਵਿੱਚ ਇਹ ਜਿਹੜੀ ਲਿਸਟ ਆ ਦੇਖ ਸਕਦੇ ਹੋ ਤੇ ਆਪਦਾ ਆਪਦਾ ਨਾਮ ਚੈੱਕ ਕਰ ਸਕਦੇ ਹੋ ਜਿਹੜੇ ਬੱਚਿਆਂ ਨੇ ਕਲਰਕ ਦੀਆਂ ਪੋਸਟਾਂ ਦੇ ਲਈ ਅਪਲਾਈ ਕੀਤਾ ਸੀਗਾ ਤੁਸੀਂ ਆ ਦੇਖ ਸਕਦੇ ਹੋ ਲਿਸਟ ਡਾਊਨਲੋਡ ਹੋ ਗਈ ਹੈ ਜੀ ਠੀਕ ਹੈ 5 ਤਰੀਕ ਨੂੰ ਇਹਨਾਂ ਦਾ 5 ਮਾਰਚ ਨੂੰ ਇਹਨਾਂ ਦਾ ਐਗਜ਼ਾਮ ਲਿਆ ਜਾ ਰਿਹਾ ਵਾ ਨੰਬਰ 1 ਦੇ ਉੱਤੇ ਸੀਰੀਅਲ ਨੰਬਰ ਉਸ ਤੋਂ ਬਾਅਦ ਰੋਲ ਨੰਬਰ ਫਿਰ ਰਜਿਸਟ੍ਰੇਸ਼ਨ ਨੰਬਰ ਫਿਰ ਨੇਮ ਆਫ ਕੈਂਡੀਡੇਟ ਫਿਰ ਫਾਦਰ ਨੇਮ ਫਿਰ ਤੁਹਾਡੀ ਕੈਟਾਗਰੀ ਫਿਰ ਜੈਂਡਰ ਉਸ ਤੋਂ ਬਾਅਦ ਡੇਟ ਆਫ ਬਰਥ ਉਸ ਤੋਂ ਬਾਅਦ ਮਾਰਕਸ ਠੀਕ ਹੈ ਮਾਰਕਸ ਜਿਹੜੇ ਪੰਜਾਬ ਸਬਜੈਕਟ ਦੇ ਵਿੱਚੋਂ ਤੇ ਟਾਈਮਿੰਗ ਆਫ ਟਾਈਪਿੰਗ ਟੈਸਟ ਜਿਹੜੇ ਤੁਹਾਡੇ ਪੇਪਰ ਦੇ ਵਿੱਚੋਂ ਜਿਹੜੇ ਮਾਰਕਸ ਆਏ ਸੀਗੇ ਉਹ ਮੈਂਸ਼ਨ ਕੀਤੇ ਆ ਤੇ ਉਸ ਤੋਂ ਬਾਅਦ ਜਿਹੜੀ ਟਾਈਪਿੰਗ ਦਾ ਟੈਸਟ ਕਲੇ ਆ ਜਾਣਾ ਵਾ ਉਹਦੀ ਟਾਈਮਿੰਗ ਆ ਟਾਈਮਿੰਗ ਤੁਸੀਂ ਨੋਟ ਕਰ ਸਕਦੇ ਹੋ ਠੀਕ ਹੈ ਸੋ ਲਿਸਟ ਕਾਫੀ ਲੰਬੀ ਆ ਜਿਹੜੇ ਕੈਂਡੀਡੇਟਸ ਨੇ ਐਗਜ਼ਾਮ ਦਿੱਤਾ ਸੀਗਾ ਜਿਨ੍ਹਾਂ ਨੇ ਕਲੀਅਰ ਕੀਤਾ ਵਾ ਸੋ ਉਹਨਾਂ ਦਾ ਜਿਹੜਾ ਟਾਈਪਿੰਗ ਦਾ ਟੈਸਟ ਆ ਉਹ 5 ਮਾਰਚ ਨੂੰ ਲਿਆ ਜਾ ਰਿਹਾ ਵਾ ਸੋ ਕਿਸੇ ਵੀ ਬੱਚੇ ਨੇ ਇਹ ਟੈਸਟ ਜਿਹੜਾ ਮਿਸ ਨਹੀਂ ਕਰਨਾ ਹੈਗਾ ਜਿਹੜਾ ਜਿਨ੍ਹਾਂ ਦੇ ਲਿਸਟ ਚ ਨਾਉਣੇ ਲਿਸਟ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਤੋਂ ਵੀ ਮਿਲ ਜੂਗੀ ਜਾਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਆਪਣੇ ਟੈਲੀਗ੍ਰam ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਾ ਉਸ ਨੂੰ ਉਸ ਨੂੰ ਜੁਆਇਨ ਕਰ ਲਵੋ ਉੱਥੇ ਵੀ ਤੁਹਾਨੂੰ ਇਹ ਪੀਡੀਐਫ ਆ ਜਿਹੜੀ ਪ੍ਰੋਵਾਈਡ ਕਰਵਾ ਦਿੱਤੀ ਜਾਊਗੀ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋ ਇਸੇ ਤਰ੍ਹਾਂ ਹਰ ਇੱਕ ਲੇਟੈਸਟ ਅਪਡੇਟ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ